ਸਸਿਕਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਰਪਰ ਲੀਆ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਪ੍ਰੋਗਰਾਮ ਦੇ ਰਾਹੀਂ ਕਿਸੇ ਮਹਾਨ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਨੇ ਆ ਤੇ ਸਾਡੇ ਨਾਲ ਅੱਜ ਸੰਗੀਤ ਜਗਤ ਦੀ ਇੱਕ ਮਹਾਨ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਜਿਹੜੀ ਹੈ ਘਰਾਨਾ ਜਿਹੜਾ ਹੈ ਉਹ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ ਗੁੜਤੀ ਵੀ ਉਹਨਾਂ ਨੂੰ ਸੰਗੀਤ ਦੀ ਹੀ ਮਿਲੀ ਹੈ ਮੇਰੀ ਮੁਰਾਦ ਹੈ ਮੇਰੇ ਨਾਲ ਅੱਜ ਮੌਜੂਦ ਨੇ ਸਨੀ ਉਰਦਨ ਜੀ ਜਿਹੜੇ ਕਿ ਕਈ ਸਾਲਾਂ ਤੋਂ ਸਟ੍ਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਗਾਇਕੀ ਦੇ ਵਿੱਚ ਤੇ ਨਾਲ ਨਾਲ ਹੋਰ ਵੀ ਆਪਣਾ ਕਾਰੋਬਾਰ ਕਰਦੇ ਨੇ ਪਰ ਗਾਇਕੀ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਨਾਮ ਹੈ ਉਹ ਸਥਾਪਿਤ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਟਰੈਕ ਲੈ ਕੇ ਵੀ ਤੁਹਾਡੀ ਕਚੈਰੀ 'ਚ ਹਾਜ਼ਰ ਹੋਣ ਜਾ ਰਹੇ ਨੇ ਜਨਾਬ ਦੇ ਪਿਤਾ ਜੀ ਬਹੁਤ ਵਧੀਆ ਰਾਈਟਰ ਸੀਗੇ ਤੇ ਗਾਉਂਦੇ ਵੀ ਵਧੀਆ ਸੀਗੇ ਲਿਖਦੇ ਵੀ ਵਧੀਆ ਸੀਗੇ ਤੇ ਡਾਇਰੈਕਸ਼ਨ ਵੀ ਬਾ ਕਮਾਲ ਦਿੰਦੇ ਸੀ ਤੇ ਨਾਲ ਨਾਲ ਉਹ ਕਲਾਕਾਰ ਵੀ ਬਹੁਤ ਵਧੀਆ ਸੀ ਸਾਰੀਆਂ ਗੱਲਾਂ ਮੈਂ ਹੀ ਨਹੀਂ ਕਰਾਂਗਾ ਮੇਰੇ ਨਾਲ ਸਨੀ ਉਰਦਨ ਪਾਜੀ ਮੌਜੂਦ ਨੇ ਉਹਨਾਂ ਤੋਂ ਹੀ ਸਾਰੀਆਂ ਜਾਣਕਾਰੀ ਲਵਾਂਗੇ ਤੇ ਤੁਹਾਡੇ ਰੂਪ ਰੂਪ ਕਰਾਂਗੇ ਪਾਜੀ ਸਵਾਗਤ ਹੈ ਜੀ ਤੁਹਾਡਾ ਸਾਰੀ ਕਾਲ ਸਾਰੇ ਸਰੋਤਿਆਂ ਦਾ ਮੈਂ ਤੁਹਾਡਾ ਆਪਣਾ ਸਨੀ ਉਰਦਨ ਤੇ ਅੱਜ ਬਹੁਤ ਹੀ ਧੰਨਵਾਦ ਕਰਦਾ ਮੈਂ ਕਿ ਮੈਨੂੰ ਖਬਰ ਹਰ ਪਲ ਨੇ ਇੱਥੋਂ ਤੱਕ ਲੈ ਕੇ ਆਪਣਾ ਇੰਟਰਵਿਊ ਤੁਹਾਡੇ ਸਾਹਮਣੇ ਪੇਸ਼ ਕੀਤਾ ਸੋ ਇੰਦਾ ਹੀ ਮੈਂ ਪਾਜੀ ਉਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਸਾਹਿਬ ਬਹੁਤ ਹੀ ਵਧੀਆ ਮਤਲਬ ਰਾਈਟਰ ਤੇ ਅਦਾਕਾਰ ਕਲਾਕਾਰ ਤੇ ਹੋਰ ਵੀ ਉਹਨਾਂ ਦੇ ਕਾਫੀ ਮਤਲਬ ਕੈਸਟਾਂ ਰਿਕਾਰਡ ਹੋਈਆਂ ਡੈਕ ਰਿਕਾਰਡ ਹੋਏ ਜਦੋਂ ਡੈਕ ਚੱਲਦੇ ਸੀ ਉਹਨਾਂ ਨੇ ਉਦੋਂ ਉਹਨਾਂ ਦੇ 60 70 ਐਲਬਮ ਆਈਆਂ ਸੀ ਜਿਨ੍ਹਾਂ ਦੇ ਵਿੱਚ ਫਾਈਨ ਟੱਚ ਅਮਰ ਆਡੀਓ ਤੇ ਟੀ ਸੀਰੀਜ਼ ਇਹੋ ਜਿਹੀਆਂ ਕੰਪਨੀਆਂ ਦੇ ਵਿੱਚ ਉਹਨਾਂ ਦੇ ਐਲਬਮ ਆ ਚੁੱਕੀਆਂ ਨੇ ਸਨੀ ਭਾਜੀ ਅੱਜ ਦਾ ਦੌਰ ਤੇ ਉਦੋਂ ਦਾ ਦੌਰ ਕਾਫੀ ਬਦਲ ਚੁੱਕਾ ਹੈ ਬਿਲਕੁਲ ਗਾਇਕੀ ਬਦਲ ਚੁੱਕੀ ਹੈ ਟੈਕਨੋਲੋਜੀ ਬਦਲ ਚੁੱਕੀ ਹੈ ਫਿਲਮਾਂਕਣ ਬਦਲ ਚੁੱਕੇ ਨੇ ਲਿਖਤਾਂ ਵੀ ਬਦਲੀਆਂ ਗਈਆਂ ਨੇ ਗਾਉਣ ਵਾਲੇ ਗਾਣਾ ਜਿਹੜਾ ਨਵੇਂ ਤਰੀਕੇ ਨਾਲ ਗਾਣਾ ਸ਼ੁਰੂ ਕਰ ਦਿੱਤਾ ਹੈ ਲਿਖਣ ਵਾਲਿਆਂ ਨੇ ਲਿਖਣਾ ਨਵੇਂ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਜਦੋਂ ਤੁਸੀਂ ਆਪਣੇ ਪਿਤਾ ਜੀ ਦੇ ਨਾਲ ਉਹਨਾਂ ਸਮੇਂ ਦੇ ਵਿੱਚ ਸਰਦਾਰ ਜਸਬੀਰ ਸਿੰਘ ਉਰਦਨ ਵਾਲੇ ਪਹਿਲੇ ਤਾਂ ਮੈਂ ਜਾਣਕਾਰੀ ਲਵਾਂਗਾ ਕਿ ਆਪਣਾ ਉਰਦਨ ਕੀ ਹੈਗਾ ਗੋਤ ਹੈ ਕਿ ਕੀ ਹੈ ਵੇਖੋ ਜੀ ਮੇਰੇ ਪਿਤਾ ਜੀ ਸਰਦਾਰ ਜਸਬੀਰ ਸਿੰਘ ਉਰਦਨ ਉਰਦਨ ਸਾਡਾ ਪਿੰਡ ਹੈ ਜੀ ਜਿੱਥੇ ਮੇਰੇ ਫਾਦਰ ਸਾਹਿਬ ਖੇਡ ਕੇ ਤੇ ਜਾਂ ਜਿੱਦਾਂ ਵੀ ਆਪਣਾ ਬਚਪਨ ਗੁਜ਼ਾਰ ਕੇ ਤੇ ਅਸੀਂ ਵੀ ਉੱਥੇ ਬਚਪਨ ਦੇ ਵਿੱਚ ਕਾਫੀ ਸਮਾਂ ਬਤੀਤ ਕੀਤਾ ਜੀ ਤੇ ਹੁਣ ਵੀ ਪਿੰਡ ਜਾਈਦਾ ਵਾ ਤੇ ਜਦੋਂ ਟਾਈਮ ਲੱਗੇ ਆਪਣੇ ਪਿੰਡ ਜਾਈਦਾ ਵਾ ਤੇ ਆਪਣੇ ਰਜੇਵਿਆਂ ਦੇ ਵਿੱਚ ਜ਼ਿਆਦਾ ਬਿਜ਼ੀ ਹੋਣ ਕਰਕੇ ਤੇ ਇਦਾਂ ਹੀ ਮੈਂ ਆਪਣੇ ਫਾਦਰ ਸਾਹਿਬ ਦੀ ਤੁਹਾਨੂੰ ਗੱਲ ਦੱਸਦਾ ਕਿ ਕਾਫੀ ਹੀ ਵਧੀਆ ਹੀ ਉਹਨਾਂ ਦੀ ਰਿਕਾਰਡ ਗਾਣੇ ਹੋ ਚੁੱਕੇ ਤੇ ਮਾਰਕੀਟ ਦੇ ਵਿੱਚ ਉਹਨਾਂ ਦੇ ਕਾਫੀ ਗਾਣੇ ਜਿਹੜੇ ਆਏ ਉਹ ਹਿੱਟ ਹੋਏ ਉਹਨਾਂ ਦਿਨਾਂ ਦੇ ਵਿੱਚ ਤੇ ਕਾਫੀ ਹੋਇਆ ਟਕਲਾਕਾਰ ਬਲਕਾਰਨ ਖੀਲਾ ਹਰਪਾਰ ਠੱਠੇ ਵਾਲਾ ਉਦੋਂ ਜਿਹੜੇ ਕਲਾਕਾਰ ਚੱਲਦੇ ਸੀ ਚੰਗੇ ਚੱਲਦੇ ਸੀ ਹਾਂਜੀ ਹਾਂਜੀ ਅ ਜਿਨ੍ਹਾਂ ਦੇ ਵਿੱਚ ਕੁਝ ਮੈਂ ਚਾਹਾਂਗਾ ਕਿ ਕੁਝ ਜਿਹੜੇ ਗੀਤ ਸੀਗੇ ਉਹਨਾਂ ਦੇ ਜਿਹੜੇ ਨੇ ਨਾਮ ਜਿਹੜੇ ਦਾ ਦਰਸ਼ਕਾਂ ਨੂੰ ਦੱਸੇ ਜਾਣ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਜਸਬੀਤ ਸਿੰਘ ਉੜਦਨ ਵਾਲਾ ਨੇ ਕਿਹੜੇ ਜਿਹੜੇ ਗੀਤ ਸੀਗੇ ਸਾਨੂੰ ਦਿੱਤੇ ਨੇ ਵੇਖੋ ਜੀ ਗੀਤ ਤਾਂ ਧੰਨ ਮੈਂ ਦੱਸਿਆ ਕਿ 60 70 ਟੇਪਾਂ ਉਹਨਾਂ ਦੀ ਆ ਚੁੱਕੀਆਂ ਹਾਂ ਕੁਝ ਹਿੱਟ Song ਜਿਹੜੇ ਨੇ ਉਹਨਾਂ ਦੇ ਉਹਦਾਂ ਨਹੀਂ ਜਾਣ ਕਰੀ ਹਿੱਟ Song ਉਹਨਾਂ ਦਾ ਕਾਫੀ ਉਹਨਾਂ ਦੇ ਹਿੱਟ Song ਹੋਏ ਬਲਕਾਰ ਰਣਖੀਲੇ ਨੇ ਬੋਲਿਆ ਸੀ ਤੱਤੀਆਂ ਜਲੇਬੀਆਂ ਦਾ ਦੇ ਕੇ ਚਸਕਾ ਐਲਬਮ ਇਹ ਉਹਦੇ ਵਿੱਚ ਉਹਨਾਂ ਦਾ ਕਾਫੀ ਹਿੱਟ ਗੀਤ ਆਇਆ ਸੀ ਵੀ ਤੇਰੇ ਦੋਤੇ ਦੋਦੀ ਆਉਂਦੀ ਆਉਂਦੀ ਨਹੀਂ ਮਿਲਾਈ ਵੀ ਤੇਰੇ ਦੋਤੇ ਦੋਦੀ ਆਉਂਦੀ ਨਹੀਂ ਮਿਲਾਈ ਕਾਫੀ ਹਿੱਟ ਗੀਤ ਗਿਆ ਸੀ ਤੇ ਇਦਾਂ ਹੀ ਹੋਰ ਉਹਨਾਂ ਦੇ ਬਹੁਤ ਟਰੈਕਟਰ ਯਾਰਾਂ ਦੇ ਵਿੱਚ ਵੀ ਕਾਫੀ ਵਧੀਆ ਉਹਨਾਂ ਦਾ ਗੀਤ ਆਇਆ ਹੈ ਇਦਾਂ ਹੁਣ ਮਤਲਬ ਮੈਂ ਤੁਹਾਨੂੰ ਕਾਫੀ ਉਹਨਾਂ ਦਾ ਜੀ ਤੁਸੀਂ ਗਾਇਕੀ ਦੇ ਵੱਲ ਕਦੋਂ ਆਪਣਾ ਰੁਝਾਨ ਵਧਾਇਆ ਵੇਖੋ ਜੀ ਇਹ ਤਾਂ ਜਿਉਂ ਜਦੋਂ ਬੱਚਾ ਜਵਾਨ ਹੁੰਦਾ ਵਾ ਉਦੋਂ ਹੀ ਉਹਨੂੰ ਜਿੱਦਾਂ ਦੀ ਗੁ르ਤੀ ਮਿਲਦੀ ਜਾਂਦੀ ਆ ਉਹ ਤਰ੍ਹਾਂ ਦਾ ਹੀ ਉਹ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ ਸੋ ਇਦਾਂ ਹੀ ਮੈਨੂੰ ਆਪਣੇ ਫਾਦਰ ਸਾਹਿਬ ਤੋਂ ਕਲਾ ਦੀ ਮੈਂ ਸੰਗੀਤ ਦੀ ਗੁਰਤੀ ਉਹਨਾਂ ਤੋਂ ਸਿੱਖੀ ਤੇ ਬਾਕੀ ਮੈਂ 뮤זיਕ ਦੀ ਐਮਏ ਕੰਪਲੀਟ ਕੀਤੀ ਖਾਲਸਾ ਕਾਲ ਯੂਨੀਵਰਸਿਟੀ ਤੋਂ ਤੇ ਇਦਾਂ ਹੀ ਬਸ ਚੱਲਦਾ ਜਾਂਦਾ ਜੀ ਤੁਸੀਂ ਆਪਣਾ ਇਹਨੂੰ ਗਾਇਕੀ ਨੂੰ ਕਿੱਤਾ ਬਣਾਇਆ ਜਾਂ ਗਾਇਕੀ ਨੂੰ ਸ਼ੌਂਕ ਰੱਖ ਰਹੇ ਹੋ ਵੇਖੋ ਜੀ ਅਜੇ ਤੱਕ ਤਾਂ ਮੈਂ ਇਹਨੂੰ ਆਪਣਾ ਸ਼ੌਂਕ ਦੇ ਤੌਰ ਤੇ ਹੀ ਆਪਣਾ ਸਰੋਤਿਆਂ ਦੇ ਸਾਹਮਣੇ ਲੈ ਕੇ ਆਉਣਾ ਆ ਰਿਹਾ ਮੈਂ ਤੇ ਬਾਕੀ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਸ਼ੌਂਕ ਆਪਣਾ ਪ੍ਰੋਫੈਸ਼ਨ ਦੇ ਵਿੱਚ ਤਬਦੀਲ ਕਰ ਜੇ ਤੇ ਮੇਰਾ ਮਤਲਬ ਇਹ ਸ਼ੌਂਕ ਹੀ આજ ਤੱਕ ਮੈਂ ਸ਼ੌਂਕ ਹੀ ਮੇਰੇ ਫਾਦਰ ਸਾਹਿਬ ਵੀ ਸ਼ੌਂਕ ਦੇ ਨਾਲ ਹੀ ਕਰ ਰਹੇ ਸੀ ਆਪਣੀ ਕਲਾ ਨੂੰ ਤੇ ਮੈਂ ਵੀ ਸ਼ੌਂਕ ਦੇ ਤਜੋ ਹੀ ਆਪਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਮੈਨੂੰ ਜਿੰਨਾ ਤੱਕ ਪਤਾ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਹੋ ਬਿਲਕੁਲ ਜੀ ਪੰਜਾਬ ਪੁਲਿਸ ਬੜੇ ਅੜਬ ਸੁਭਾਅ ਦੇ ਹੁੰਦੇ ਆ ਤੇ ਤੁਹਾਡੇ ਨੇ ਚ ਉਥੋਂ ਨਹੀਂ ਲੱਗਦਾ ਕਿਤੇ ਅੜਬ ਪਾਣਾ ਦਿਖਦਾ ਹੋਏ ਵੇਖੋ ਜੀ ਪੁਰਾਣਿਆਂ ਦੀ ਸਿਆਣਿਆਂ ਦੀ ਕਹਾਵਤ ਹੁੰਦੀ ਆ ਕਿ ਕੋਚ ਜਿੱਦਾਂ ਦੇ ਬੋਲੋਗੇ ਉਦਾਂ ਦੀ ਆਵਾਜ਼ ਮਿਲੂਗੀ ਉਹ ਤਾਂ ਹੈ ਹੀ ਆ ਕਿ ਜੇ ਕੋਈ ਮੈਨੂੰ ਮਿੱਠਾ ਬੋਲੂਗਾ ਤੇ ਉਹਦੇ ਨਾਲ ਮੈਂ ਮਿੱਠਾ ਹੀ ਬੋਲਦਾ ਜੀ ਤੇ ਜੇ ਕੋਈ ਮੈਨੂੰ ਅੜਬ ਜਾਂ ਕੋੜਾ ਕੋੜਾ ਬੋਲੂਗਾ ਤੇ ਫਿਰ ਉਹਦੇ ਨਾਲ ਉਵੇਂ ਦਾ ਹੀ ਆਪਾਂ ਹਿਸਾਬ ਕਿਤਾਬ ਆ ਬਿਲਕੁਲ ਜੀ ਗਾਇਕੀ ਦੀ ਗੱਲ ਕਰੀਏ ਤੇ ਗਾਇਕੀ ਦੇ ਵਿੱਚ ਪਹਿਲੇ ਕਿਹੜੇ ਗਾਣੇ ਤੁਹਾਡੇ ਆ ਚੁੱਕੇ ਨੇ ਹੁਣ ਤੱਕ ਗਾਇਕੀ ਦੇ ਵਿੱਚ ਮੇਰੇ ਗਾਣੇ ਉਤਰਾਂ ਤੇ 10 12 ਗਾਣੇ ਮੇਰੇ ਰਿਕਾਰਡ ਹੋ ਚੁੱਕੇ ਆ ਬਾਕੀ ਮਾਰਕੀਟ ਦੇ ਵਿੱਚ ਮੇਰੇ ਦੋ ਗਾਣੇ ਲਾਂਚ ਹੋਏ ਨਾ ਅ ਇੱਕ 15 ਚ ਆਇਆ ਹੈ ਮੇਰਾ ਗਾਣਾ ਮਿੱਤਰਾਂ ਦੇ ਯਾਰ ਬੜੇ ਘੈਂਟ ਤੇ ਇੱਕ 2016 ਚ ਇਹ ਮਤਲਬ ਅੱਗੋਂ ਪਿੱਛੇ ਆਪਣੇ ਮਤਲਬ 1 ਦਸੰਬਰ ਚ ਆਇਆ ਹੈ 15 ਤੇ ਜਨਵਰੀ ਚ ਆਪਣਾ ਇਹ ਗਾਣਾ ਲਾਂਚ ਹੋਇਆ ਹੈ ਇਹ ਗਾਣਾ ਇੱਕ ਕੰਬਲੀ ਹੋ ਗਈਆਂ ਤੇ ਮਿੱਤਰਾਂ ਦੇ ਯਾਰ ਬੜੇ ਘੈਂਟ ਤੇ ਇਹ ਵੀ ਮੇਰੇ ਫਾਦਰ ਸਾਹਿਬ ਨੇ ਦੋਵੇਂ ਗੀਤ ਲਿਖੇ ਹੀ ਤੇ ਬਾਕੀ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰਦਾ ਵਾਂ ਤੇ ਅਗਲਾ ਗਾਣਾ ਮੇਰਾ ਤੇਰੀ ਮਿਹਰਬਾਨੀ ਜੋ ਕਿ ਮੈਂ ਆਪ ਕੋਸ਼ਿਸ਼ ਕੀਤੀ ਲਿਖਣ ਦੀ ਬਾਕੀ ਤੁਸੀਂ ਦੱਸਣਾ ਵਾ ਕਿ ਕਿੱਦਾਂ ਦਾ ਤੁਹਾਨੂੰ ਲੱਗਾ ਜਾਂ ਕਿਵੇਂ ਆ ਫਿਰ ਆਪਾਂ ਬੈਕ ਟੂ ਬੈਕ ਇਸ ਤੋਂ ਬਾਅਦ ਹੋਰ ਵੀ ਗਾਣੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੁਣਨਾ ਚਾਹਾਂਗੇ ਕਮਲੀ Song ਜਿਹੜਾ ਹੈ ਕੁਝ ਦੋ ਬੋਲ ਜਿਹੜੇ ਨੇ ਕਮਲੀ Song ਦੇ ਸੁਣਾਓ ਤੁਸੀਂ ਇੱਕ ਮਤਲਬ ਕੁੜੀ ਦਾ ਦੱਸਿਆ ਕਿ ਜਦੋਂ ਕੁੜੀ ਨੂੰ ਜਾਂ ਕਿੱਦਾਂ ਆਪਣਾ ਕਿਸੇ ਨੂੰ ਸੱਚਾ ਪਿਆਰ ਹੋ ਜਾਂਦਾ ਕੁੜੀ ਨੂੰ ਤੇ ਉਹਦੇ ਪਿਆਰ ਦੇ ਵਿੱਚ ਦੱਸਦੀ ਆ ਕਿ ਮੈਂ ਕਿਤਨਾ ਕੰਬਲੀ ਹੋ ਗਈ ਆ ਜਾਂ ਕੀ ਕਿਹੜੀਆਂ-ਕਿਹੜੀਆਂ ਗੱਲਾਂ ਨਾਲ ਮੈਂ ਕੰਬਲੀ ਹੋਈ ਸੋ ਇਸ ਤਰੀਕੇ ਦਾ ਇਸ ਗਾਣੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਂਦਾ ਹਾਂ ਏ ਤੋਂ ਸਰੋਤਿਆਂ ਨੇ ਮੈਨੂੰ ਕਾਫੀ ਪ੍ਰੇਮ ਦਿੱਤਾ ਆਪਣਾ ਚੈਨਲਾਂ ਤੇ ਵੀ ਇਹ ਗਾਣਾ ਕਾਫੀ ਵਜਿਆ ਜੀ ਤੋਂ ਤਨ ਮੈਂ ਥੋੜੀਆਂ ਜੀਆਂ ਲਾਈਨਾਂ ਇਹਦੀਆਂ ਕੁਝ ਸੁਣਾਉਣਾ ਕਹਿੰਦੇ ਕੁੜੀ ਕਹਿੰਦੀ ਵੀ ਤੇਰੇ ਵਿੱਚ ਸਮੋ ਗਈ ਆ ਤਨ ਮਨ ਨੂੰ ਖੋ ਗਈ ਆ ਮੈਨੂੰ ਸਾਰੇ ਕਹਿੰਦੇ ਨੇ ਨੀਤੂ ਕਮਲੀ ਹੋ ਗਈਆਂ ਤੇ ਕਮਲੀ ਦਾ ਅਰਥ ਥੋੜਾ ਜਿਹਾ ਇੱਕ ਮੈਂ ਲੈਨ ਹੋਰ ਸੁਣਾਉਂਗਾ ਜੋ ਕਿ ਮੈਨੂੰ ਕਾਫੀ ਵਧੀਆ ਲੱਗਦੀ ਹ ਹ ਹਟੇ ਥਾਂ ਵੇਸਣ ਨੂੰ ਬਸ ਗੱਲੀਆਂ ਬਾਤੀ ਵੇ ਬੜੀ ਬਣਾ ਸੱਚ ਜੀ ਮੈਂ ਯਾਦਾਂ ਵਿੱਚ ਘਿਰ ਜਾਂਦੀ ਬਣ ਗਈ ਕੱਚ ਜੀ ਮੈਂ ਹਾਟੇ ਥਾਂ ਵੇ ਸਣ ਨੂੰ ਮੈਂ ਟੜਕੇ ਗੋ ਗਈਆਂ ਮੈਨੂੰ ਅੰਮੀ ਕਹਿੰਦੀ ਵੇ 니 ਤੂੰ ਪਾਗਲ ਹੋ ਗਈਆਂ ਸੋ ਇਦਾਂ ਦਾ ਪਰਿਵਾਰਕ ਜਿਹਾ ਗੀਤ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਇਹ ਹੁਣ ਗੱਲ ਕਰੀਏ ਇੰਡਸਟਰੀ ਦੀ ਪਿੱਛੇ ਇੱਕ ਗਾਣਾ ਬਹੁਤ ਵਧੀਆ ਹੋਇਆ ਸੀ ਆਇਆ ਸੀ ਆਰਨੇ ਤਰਜੀਦਾ ਜਿਹਦੀ ਗੱਲ ਸੀਗੀ ਬੜੀ ਟੇਢੀ ਲਾਈਨ ਹਮ ਹਮ ਇਹ ਲਾਈਨ ਕਹਿੰਦੇ ਬੜੀ ਟੇਢੀ ਹੈ ਕਦੀ ਤੁਹਾਡੇ ਨਾਲ ਵੀ ਸੁਭ ਬਣਿਆ ਹੋ ਜਾ ਕੇ ਟੈਡੀ ਲਾਈਨ ਲਾਈਨ ਤਾਂ ਜੇ ਆਪਾਂ ਗੱਲ ਕਰੀ ਲਾਈਨ ਤਾਂ ਸ਼ੁਰੂ ਤੋਂ ਟੈਡੀ ਹੀ ਚੱਲਦੀ ਆ ਰਹੀ ਹੈ ਜੇ ਆਪਾਂ ਚਮਕੀਲਾ ਸਾਹਿਬ ਤੋਂ ਤੇ ਹੁਣ ਆਪਣਾ ਅੱਜ ਦੇ ਬਹੁਤ ਹੀ ਆਪਣੇ ਬੱਬੂ ਮਾਨ ਸਾਹਿਬ ਜੀ ਦੀ ਗੱਲ ਕਰੀ ਹੁਣ ਤੱਕ ਟੈਡੀ ਹੀ ਚੱਲਦੀ ਆਉਂਦੀ ਤੇ ਆਪਣਾ ਆਰਨੇਡ ਜੀ ਨੇ ਵੀ ਬਹੁਤ ਹੀ ਕਮਾਲ ਲਿਖਤ ਲਿਖੀ ਕਿ ਕੀ ਦਸਾਂ ਬੜੀ ਟੈਡੀ ਲਾਈਨ ਪਤਲੋ ਸੋਜ ਤੇ ਸਮਝ ਮੁੰਡਾ ਪਾ ਬਚ ਸਕਦਾ ਸੋ ਇਦਾਂ ਦੀਆਂ ਲਿਖਤਾਂ ਮੈਨੂੰ ਵੀ ਵਧੀਆ ਲੱਗਦੀਆਂ ਤੇ ਬਹੁਤ ਹੀ ਵਾਕਾ ਟੈਡੀ ਲਾਈਨ ਹੈ ਤੇ ਸੋਚ ਸਮਝ ਕੇ ਇਸ ਲਾਈਨ ਦੇ ਵਿੱਚ ਪੈਰ ਤਰਿਆ ਜਾਂਦਾ ਤੇ ਬਾਕੀ ਕਾਫੀ ਕਲਾਕਾਰ ਹੈ ਜੋ ਅਜ਼ਮਾਰੇ ਆਪਣੇ ਆਪ ਨੂੰ ਮੈਂ ਚਾਹੁੰਦਾ ਕਿ ਸਿੱਖ ਕੇ ਆਓ ਤੇ ਫਿਰ ਆਪਣੇ ਆਪ ਨੂੰ ਇਸ ਮੁਕਾਮ ਤੱਕ ਪਹੁੰਚੋ ਕਿ ਲੋਕੀ ਤੁਹਾਨੂੰ ਪਸੰਦ ਕਰਨ ਸਿੱਖ ਕੇ ਆਓ ਇਸ ਲਾਈਨ ਦੇ ਵਿੱਚ ਬਸ ਇਹੋ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਗਾਇਕੀ ਗਾਇਕੀ ਜਿਹੜੀ ਹੈ ਚੰਗੀ ਗਾਇਕੀ ਨੂੰ ਲੋਕ ਗਾਇਕਾਂ ਦਾ ਗੀਤ ਸ਼ਿਕਾਇਤਾਂ ਕਿ ਸਰੋਤੇ ਪਸੰਦ ਨਹੀਂ ਕਰਦੇ ਬਿਲਕੁਲ ਜੀ ਤੇ ਜਿਹੜੀ ਹੈਗੀ ਆ ਜਿਵੇਂ ਆਪਾਂ ਖੜਕੇ ਧੜਕੇ ਵਾਲੀ ਗਾਇਕੀ ਆ ਜਿਹੜੇ ਖੜਕੇ ਧੜਕੇ ਵਾਲੇ ਗੀਤ ਨੇ ਉਹ ਸਰੋਤੇ ਬੜਾ ਪਸੰਦ ਕਰਦੇ ਨੇ ਇਹ ਕਹਿਣਾ ਗਾਇਕਾਂ ਦਾ ਤੇ ਕਹਿੰਦੇ ਨੇ ਕਿ ਉਹ ਕਮਰਸ਼ੀਅਲ ਨੇ ਹੂੰ ਹੂੰ ਉਹ Song ਜਿਹੜੇ ਕਮਰਸ਼ੀਅਲ ਨੇ ਇਹਨੂੰ ਲੈ ਕੇ ਵੀ ਤੁਸੀਂ ਕਦੀ ਚਰਚਾ ਕੀਤੀ ਆਪਣੇ ਆਪ ਨਾਲ ਦੇਖੋ ਜੀ ਅੱਜ ਤੱਕ ਲਿਖਦਾ ਵੀ ਆ ਮੈਂ ਚਲੋ ਇਹੋ ਜਿਹੇ ਗਾਣੇ ਵੀ ਲਿਖੇ ਆ ਜਾਂ ਜਿੱਦਾਂ ਦੇ ਲੋਕ ਪਸੰਦ ਕਰਦੇ ਆ ਪਰ ਮੈਂ ਚਾਹੁੰਨਾ ਕਿ ਲੋਕਾਂ ਨੂੰ ਕੁਝ ਵੱਖਰੀ ਸੋਚ ਦੇ ਨਾਲ ਮਤਲਬ ਆ ਆਰਨੇਡ ਭਾਈ ਉਹਨਾਂ ਦਾ ਬਹੁਤ ਹੀ ਵਧੀਆ ਗੀਤ ਸੀ ਮੈਂ ਇਦਾਂ ਦੇ ਗੀਤ ਲਿਖਣਾ ਚਾਹੁੰਨਾ ਕਿ ਲੋਕਾਂ ਦੀ ਸੋਚ ਦੇ ਵਿੱਚ ਕੁਝ ਬਦਲਾਅ ਆ ਸਕੇ ਜੀ ਤੇ ਬਾਕੀ ਜਿੱਦਾਂ ਦਾ ਲੋਕੀ ਕਹਿਣਗੇ ਫਿਰ ਉਦਾਂ ਦਾ ਵੀ ਆਪਾਂ ਉਹਨਾਂ ਸਾਹਮਣੇ ਲੈ ਕੇ ਆਵਾਂਗੇ ਜੀ ਜੀ ਇਹ ਕਦੋਂ ਗਾਣਾ ਰਿਲੀਜ਼ ਹੋ ਰਿਹਾ ਨਵਾਂ ਤੁਹਾਡਾ ਜਿਹੜਾ ਆ ਰਿਹਾ ਤੇਰੀ ਤੇਰੀ ਮਿਹਰਬਾਨੀ ਹੈ ਨਾ ਆਪਣਾ ਗਾਣਾ ਇਹ ਹੋ ਰਿਹਾ ਵਾ ਤੇਰੀ ਮਿਹਰਬਾਨੀ Song 11 ਅਕਤੂਬਰ ਨੂੰ ਆਪਣਾ ਗਾਣਾ ਰਿਲੀਜ਼ ਹੋਊਗਾ ਤੇ ਉਸ ਤੋਂ ਬਾਅਦ ਆਪਣਾ ਬੈਕ ਟੂ ਬੈਕ ਹੋਰ ਆਪਾਂ ਤੁਹਾਡੇ ਸਾਹਮਣੇ ਗਾਣੇ ਲੈ ਕੇ ਆਵਾਂਗੇ ਉਮੀਦ ਆ ਕਿ ਤੁਸੀਂ ਤੇਰੀ ਮਿਹਰਬਾਨੀ ਗਾਣੇ ਨੂੰ ਕਾਫੀ ਹੀ ਪਿਆਰ ਦਿਓਗੇ ਕੁਝ ਕੀ ਕਹਿੰਦੇ ਨੇ ਬਰੀਕੀ ਦੇ ਨਾਲ ਦੱਸੋ ਕਿ ਇਹਦਾ ਕੀ ਥੀਮ ਹੋਏਗਾ ਤੇਰੀ ਮਿਹਰਬਾਨੀ ਕਿੱਥੇ ਹੈਗਾ ਕਿਸ ਤਰ੍ਹਾਂ ਦੀ ਗਾਇਕੀ ਹੈ ਇਹਦੇ ਵਿੱਚ ਕਿਦਾਂ ਦਾ ਇਹਨੂੰ ਪੇਸ਼ ਕੀਤਾ ਗਿਆ ਹੈ ਵੇਖੋ ਜੀ ਇਹਦੇ ਵਿੱਚ ਇੱਕ ਆਸ਼ਿਕ ਨੇ ਆਪਣਾ ਜਿਤਨਾ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੀ ਲਾਲੋ ਜਾਂ ਉਹਨਾਂ ਨੇ ਵੀ ਲਿਖਦੇ ਹੀ ਤੇ ਜਾਂ ਡਰਿੰਕ ਵੀ ਕਰਦੇ ਹੀ ਜਾਂ ਜਿੱਦਾਂ ਵੀ ਤੇ ਇਦਾਂ ਦੀ ਕੁਝ ਗਾਇਕੀ ਆ ਮਤਲਬ ਸ਼ਾਇਰ ਨੇ ਆਪਣੀ ਜਿੱਦਾਂ ਵੀ ਆਪਣੇ ਦਰਦ ਨੂੰ ਪੇਸ਼ ਕੀਤਾ ਤੇ ਉਹ ਜ਼ਿਆਦਾ ਮਤਲਬ ਜੇ ਆਪਾਂ ਕਹੀਏ ਲੋਕੀ दारू ਤੇ ਥੋੜਾ ਜਿਆਦਾ ਗਾਣਾ ਟੋਕਦਾ ਵੇ ਜੀ ਹਾਂਜੀ ਜੇ दारू ਨੂੰ ਪ੍ਰਮੋਟ ਕੀਤਾ ਗਿਆ ਕਿ ਡਿਮੋਟ ਕੀਤਾ ਗਿਆ ਵੇਖੋ ਜੀ ਇਹ ਤਾਂ ਆਪਾਂ ਆਪਣੀ ਸੋਚਣੀ ਆ ਆਪਾਂ ਤਾਂ ਇੱਕ ਸੋਚ ਸਾਹਮਣੇ ਪੇਸ਼ ਕਰਤੀ ਵੀ ਬਸ ਤੇਰੀ ਮਿਹਰਬਾਨੀ ਹੈ ਬਾਕੀ ਉਹ ਗਾਣੇ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਆਪਾਂ ਲੋਕਾਂ ਨੂੰ ਇਸ ਬਾਰੇ ਬੋਤਲ ਜਾਂ दारू ਬਾਰੇ ਆਪਾਂ ਪ੍ਰੇਰਿਤ ਕੀਤਾ ਕਿ ਜਾ ਉਸ ਬਾਰੇ ਜਾਂਚ ਇਦਾਂ ਵੀ ਤੁਹਾਨੂੰ ਅੱਗੇ ਤੁਸੀਂ ਗਾਣਾ ਵੇਖ ਕੇ ਦੱਸ ਸਕਦੇ ਹੋ ਜੀ ਸਾਡੇ ਸਰੋਤਿਆਂ ਨੂੰ ਆਪਣੇ ਵੱਲੋਂ ਆਪਣੇ ਫਾਦਰ ਸਾਹਿਬ ਵੱਲੋਂ ਜਾਂ ਆਪਣੇ ਫਾਦਰ ਸਾਹਿਬ ਦੇ ਬਾਰੇ ਹੋਰ ਕੋਈ ਗੱਲ ਜਿਹੜੀ ਆ ਲੁਕਵੀਂ ਗੱਲ ਆ ਉਹ ਦੱਸੋ ਜਿਹੜੀ ਕਿ ਅੱਜ ਤਾਈਂ ਇੰਡਸਟਰੀ ਦੇ ਵਿੱਚ ਹੋਈ ਹੋਵੇ ਕੁਈ ਕਈ ਗੱਲਾਂ ਹੁੰਦੀਆਂ ਨੇ ਇੰਡਸਟਰੀ ਬਹੁਤ ਟੇਢੀ ਲਾਈਨ ਆ ਵੇਖੋ ਜੀ ਸੱਚ ਤਾਂ ਦੱਬਿਆ ਰਹਿ ਜਾਂਦਾ ਜੇ ਆਪਾਂ ਗੱਲ ਕਰੀਏ ਤੇ ਬਾਕੀ ਸੱਚ ਸੱਚ ਨੂੰ ਸਾਹਮਣੇ ਲੈ ਕੇ ਆਵਾਂਗੇ ਮੇਰੇ ਫਾਦਰ ਸਾਹਿਬ ਦਾ ਕਾਫੀ ਹਟ ਗੀਤ ਹੋਇਆ ਸੀ ਸੋ ਮੈਂ ਦੱਸੂਗਾ ਬਾਅਦ ਵਿੱਚ ਕਿ ਉਹ ਕਦੋਂ ਗਾਣਾ ਆਇਆ ਸੀ ਤੇ ਬਾਅਦ ਵਿੱਚ ਕਿਹਦੀ ਲਿਖਤ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਗਾਣਾ ਇਹ ਲਿਖਿਆ ਸੀ ਤੇ ਆਪਣਾ ਨਾਮ ਵਿੱਚ ਪਾ ਕੇ ਤੇ ਚੋਰੀ ਗਾਣਾ ਕੀਤਾ ਗਿਆ ਤੇ ਕਾਫੀ ਹਿੱਟ ਕਲਾਕਾਰ ਆ ਆਪਣਾ ਫੀਮੇਲ ਕਲਾਕਾਰ ਅੱਛਾ ਮੈਂ ਆਪਣਾ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਕਾਫੀ ਉਹਨਾਂ ਦੀਆਂ ਟੇਪ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਕਾਫੀ ਮਤਲਬ ਕਲਾਕਾਰਾਂ ਦੇ ਨਾਲ ਉਹਨਾਂ ਨੇ ਹਿੱਟ ਗਾਣੇ ਗਾਏ ਤੇ ਉਹਨਾਂ ਦੇ ਦੌਰ ਦੀ ਗੱਲ ਕਰ ਰਹੇ ਆਪਾਂ ਆਪਾਂ ਜਦੋਂ ਸਿੱਧੇ ਤੌਰ ਤੇ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਆ ਡਿਸਕਾਂ ਚੱਲਦੀਆਂ ਸੀ ਉਦੋਂ ਡਿਊਡ ਦਾ ਜ਼ਮਾਨਾ ਸੀ ਜਦੋਂ ਡਿਊਡ ਦਾ ਜ਼ਮਾਨਾ ਸੀ ਜਾਂ ਅੱਜ ਜਦੋਂ ਹੁਣ ਪੈਨ ਡਰਾਈਵ ਜਾਂ ਦੂਜਾ ਤੀਜਾ ਸੋਸ਼ਲ ਮੀਡੀਆ ਦਾ ਆਨਲਾਈਨ ਹੀ ਜ਼ਮਾਨਾ ਚੱਲ ਰਿਹਾ ਉਹ ਤੋਂ ਥੋੜਾ 5-7 ਸਾਲ 8 ਸਾਲ ਪਿਛੇ ਹਟ ਕੇ ਦੀ ਗੱਲ ਕਰ ਰਹੇ ਹਾਂ ਉਦੋਂ ਦੇ ਉਦੋਂ ਕਾਫੀ ਮੈਂ ਵੀ ਸੁਣਿਆ ਸੀਗਾ ਉਦੋਂ ਕਾਫੀ ਵਿਵਾਦ ਹੋਇਆ ਸੀਗਾ ਉਰਦਨ ਸਾਹਿਬ ਦੇ ਗੀਤ ਨੂੰ ਲੈ ਕੇ ਕਿਸੇ ਨੂੰ ਲੈ ਕੇ ਹਾਂਜੀ ਹਾਂਜੀ ਤੇ ਦਿੱਤ ਤੱਕ ਮੇਰੀ ਜਾਣਕਾਰੀ ਵੀ ਹੈਗੀ ਅਸੀਂ ਵੀ ਕੱਡੇ ਨੇ ਤਤ ਚਲੋ ਬਾਕੀ ਤੁਸੀਂ ਜਦੋਂ ਖੁਲਾਸਾ ਕਰੋਗੇ ਉਦੋਂ ਹੀ ਪਤਾ ਲੱਗੂਗਾ ਫਿਲਹਾਲ ਉਸ ਟਾਈਮ ਤੇ ਇੱਕ ਜੋੜੀ ਕਾਫੀ ਹਿੱਟ ਹੋਈ ਹੈ ਕਾਫੀ ਜਿਹੜੀ ਫੀਮੇਲ ਸਿੰਗਰ ਸੀ ਮੇਰੇ ਖਿਆਲ ਨਾਲ ਇਸ਼ਾਰਾ ਤੁਹਾਡਾ ਉਹਦੇ ਵਾਲੀ ਵੇਖੋ ਜੀ ਇਹ ਤੇ ਆਪਾਂ ਤੁਹਾਡੇ ਸਾਹਮਣੇ ਉਦੋਂ ਪੂਰੇ ਤੱਥਾਂ ਦੇ ਆਧਾਰ ਤੇ ਜਾਂ ਸਾਰੇ ਸਬੂਤ ਲਿਆ ਕੇ ਤੇ ਫਿਰ ਆਪਾਂ ਫਿਰ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿ ਉਹ ਕਿਹੜੇ ਕਲਾਕਾਰ ਹੀ ਤੇ ਕਿੰਨਾਂ ਨੇ ਮੇਰੇ ਫਾਦਰ ਸਾਹਿਬ ਦੀ ਲਿਖਤ ਨੂੰ ਚੋਰੀ ਕਰਕੇ ਤੇ ਜੀ ਕਾਫੀ ਹਟ ਗੀਤ ਸੀ ਕਾਫੀ ਹੀ ਹਟ ਗੀਤ ਹੈ ਅੱਜ ਵੀ ਸਰੋਤੇ ਉਹਨੂੰ ਸੁਣਦੇ ਆ ਤੇ ਅੱਜ ਵੀ ਮਾਰਕੀਟ ਦੇ ਵਿੱਚ ਉਹ ਗਾਣਾ ਚੱਲ ਰਿਹਾ ਹੈ ਜੀ ਗੱਲ ਕਰੀਏ ਅੱਜ ਜਿਹੜਾ ਜਦੋਂ 뮤직 ਬਣਾਉਣਾ ਪੈਂਦਾ ਹੈ ਸਿੰਗਰ ਨੂੰ ਸਟਰਗਲ ਕਰਨੀ ਪੈਂਦੀ ਕਾਫੀ ਕਾਫੀ ਲੋਕਾਂ ਨਾਲ ਵਾ ਪੈਂਦਾ ਹੈ ਬਿਲਕੁਲ ਮਿਊਜ਼ਿਕ ਡਾਇਰੈਕਟਰ ਵੀਡੀਓ ਡਾਇਰੈਕਟਰ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ ਬਾਹ ਪੈਂਦਾ ਬਿਲਕੁਲ ਜੀ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਤੁਹਾਡਾ ਜਦੋਂ ਐਜ਼ ਅ ਸਿੰਗਰ ਐਜ਼ ਅ ਰਾਈਟਰ ਤੁਸੀਂ ਜਾ ਕੇ ਗਾਣਾ ਤਿਆਰ ਕਰਦੇ ਹੋ ਕਿੰਨੀ ਕਿ ਸਟਰਗਲ ਕਰਨੀ ਪੈਂਦੀ ਉਹਦੇ ਲਈ ਵੇਖੋ ਜੀ ਜੇ ਆਪਾਂ ਰਾਈਟਰ ਦੇ ਤਵਜੋਂ ਦੇ ਮੰਨੀਆਂ ਤਾਂ ਰਾਈਟਰ ਨੂੰ ਲਿਖਤ ਦੇ ਵਿੱਚ ਬੜਾ ਕੋਈ ਸੋਚਣਾ ਪੈਂਦਾ ਕੁਝ ਲੋਕਾਂ ਬਾਰੇ ਕੁਝ ਅੱਜ ਕੱਲ ਤਾਂ ਵੈਸੇ ਵਿਵਾਦਾਂ ਦਾ ਜ਼ਮਾਨਾ ਜਿਹੜਾ ਲੇਖਕ ਹੈ ਉਹਨੂੰ ਤਾਂ ਬੜਾ ਸੋਚ ਕੇ ਲਿਖਣਾ ਪੈਂਦਾ ਕਿਉਂਕਿ ਲੇਖਕ ਇੱਕ ਇਹੋ ਜਿਹੀ ਚੀਜ਼ ਹੈ ਜਿੰਨੇ ਮਤਲਬ ਕਿਸੇ ਚੀਜ਼ ਨੂੰ ਮੰਨ ਲਓ ਜਨਮ ਦੇ ਦਿੱਤਾ ਤੇ ਮੇਰੀ ਸੋਚਣੀ ਇਹੋ ਹੈ ਕਿ ਜੇ ਕੋਈ ਲਿਖਦਾ ਵਾ ਤੇ ਉਹ ਗਾਉਣਾ ਵੀ ਉਹਨੂੰ ਆਪ ਹੀ ਗਾਵੇ ਕਿਉਂਕਿ ਮੈਨੂੰ ਲੱਗਦਾ ਕਿ ਜੇ ਮਾਂ ਬੱਚੇ ਨੂੰ ਜਨਮ ਦਿੰਦੀ ਤੇ ਉਹਨੂੰ ਆਪ ਹੀ ਉਹਦੀ ਪਰਵ੍ਰਿਸ਼ ਪਰਵ੍ਰਿਸ਼ ਕਰਨੀ ਚਾਹੀਦੀ ਹੈ ਤੇ ਅੱਜ ਕੱਲ ਵਿਵਾਦਾਂ ਦਾ ਜ਼ਮਾਨਾ ਤੁਸੀਂ ਆਪ ਹੀ ਕਹਿੰਦੇ ਹੈ ਵਿਵਾਦ ਤਾਂ ਵਕਈ ਬੜੇ ਆਏ ਨੇ ਬੜੇ ਬੜੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਵੱਡੇ ਵੱਡੇ ਵਿਵਾਦ ਜੁੜ ਗਏ ਹੂੰ ਹੂੰ ਤੇ ਇਹ ਕਿਦਾਂ ਵਿਵਾਦ ਜੁੜ ਜਾਂਦੇ ਜਦੋਂ ਕਿ ਪਤਾ ਹੁੰਦਾ ਸਾਨੂੰ ਕਿ ਆਹ ਗੱਲ ਦਾ ਵਿਵਾਦ ਉੱਠੇਗਾ ਇੱਕ ਹੀ ਜਾਣ ਬੁੱਝ ਕੇ ਨਹੀਂ ਲੱਗਦਾ ਕਿ ਕਿਸੇ ਵਿਵਾਦ ਨੂੰ ਆਪਾਂ ਖੜਾ ਕਰਦੇ ਆ ਕਲਾਕਾਰਾਂ ਦਾ ਟ੍ਰੈਂਡ ਤਾਂ ਨਹੀਂ ਬਣ ਗਿਆ ਕਿਤੇ ਵੇਖੋ ਜੀ ਲੋਕ ਇੱਕ ਤਾਂ ਪਬਲਿਕ ਸਟੈਂਟ ਆਪਾਂ ਕਹਿ ਸਕਦੇ ਆ ਪਬਲਿਕ ਸਟੈਂਟ ਆਪਾਂ ਤਾਂ ਕਹਿ ਸਕਦੇ ਜਦੋਂ ਆਪਾਂ ਕਿਸੇ ਵੀ ਗੱਲ ਨੂੰ ਜਾਂ بار 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 ਠੀਕ ਆ ਜੇ ਤਾਂ ਤੁਸੀਂ ਵਧੀਆ ਮੁਕਾਮ ਤੇ ਹੋ ਜੇ ਤੁਹਾਨੂੰ ਜਿਹੜੇ ਰੁੱਖ ਨੂੰ ਫਲ ਲੱਗਦਾ ਉਸ ਨੂੰ ਵੱਟੇ ਵੀ ਵੱਜਦੇ ਆ ਸੋ ਆਪਣੇ ਚ ਇੰਨੀ ਕਿ ਸਹਿਣਸ਼ੀਲਤਾ ਹੋਣੀ ਚਾਹੀਦੀ ਆ ਕਿ ਆਪਾਂ ਕਿਸੇ ਨੂੰ ਸਿੱਧਾ ਨਾ ਕਹੀਏ ਸੋ ਲੇਖਕ ਬੰਦਾ ਤੇ ਲਿਖ ਲਿਖ ਲੋਕ ਕਹੀ ਜਾਂ ਆਪਣੇ ਉਹਨੂੰ ਜਵਾਬ ਦੇ ਸਕਦਾ ਬਾਕੀ ਸਮਝਣ ਵਾਲੇ ਨੂੰ ਸਮਝ ਆ ਜਾਂਦੀ ਹੈ ਆਉਣ ਵਾਲੇ ਸਮੇਂ 'ਚ ਤੁਹਾਡੇ ਜਿਹੜੇ ਨੇ ਗਾਣੇ ਕਿਸ ਤਰੀਕੇ ਨਾਲ ਬੈਕ ਟੂ ਬੈਕ ਤੁਸੀਂ ਗੱਲ ਕੀਤੀ ਆ ਕਿੰਨੇ ਕ ਗਾਣੇ ਰੈਡੀ ਹੋ ਚੁੱਕੇ ਨੇ ਤੁਹਾਡੇ ਵੇਖੋ ਜੀ ਮੇਰਾ ਤੁਹਾਨੂੰ ਦੱਸਿਆ ਨਾ ਵੀ ਦੱਸ ਰਿਹਾ ਕਿ ਪਹਿਲਾਂ ਚੱਲਦੀਆਂ ਸੀ ਪੂਰੀ ਐਲਬਮਾਂ 'ਚ 8 ਗਾਣੇ ਕਰ ਲੈਣੇ ਅੱਜ ਕੱਲ ਸਿੰਗਲ ਟਰੈਕ ਕਰ ਰਹੇ ਸੋ ਇਸ ਤੋਂ ਬਾਅਦ ਵੀ ਮੇਰਾ ਇੱਕ ਬੀਟ Song ਆ ਰਿਹਾ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਤੁਹਾਡੇ ਸਾਹਮਣੇ ਉਹ ਪੇਸ਼ ਕੀਤਾ ਜਾਵਾਂਗੇ ਕਲਾਕਾਰਾਂ ਨੂੰ ਜਾਂ ਰਾਈਟਰਾਂ ਨੂੰ ਜਾਂ 뮤ਜ਼ਿਕ ਟਰੈਕਟਰ ਨੂੰ ਜਾਂ ਵੀਡੀਓ ਡਾਇਰੈਕਟਰ ਨੂੰ ਬੰਦੇ ਹੱਕ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਤੁਹਾਡੀ ਸੋਚ ਦਿੰਦਾ ਬਾਕ ਜੇ ਮੇਰੀ ਸੋਚ ਦੇ ਮੁਤਾਬਕ ਆਪਾਂ ਗੱਲ ਕਰੀਏ ਹੱਕ ਤੇ ਸਿਆਣੇ ਕਹਿੰਦੇ ਆ ਵੀ ਹੱਕ ਮੰਗਿਆਂ ਤੇ ਮਿਲਦਾ ਨਹੀਂ ਖੋਹ ਕੇ ਲੈਣਾ ਪੈਂਦਾ ਤੇ ਬਾਕੀ ਜੇ ਕੋਈ ਮੇਰਾ ਵੀਰ ਮੇਰਾ ਭਰਾ ਕੋਈ ਵੀ ਮਿਹਨਤ ਕਰਦਾ ਤੇ ਲਿਖਤੀ ਬਿਆਨ ਜ਼ਰੂਰ ਕਹਿ ਕੋ ਜਾਂ ਮਿਊਜ਼ਿਕ ਡਾਕਟਰ ਕੋ ਜੇ ਕਹਿ ਕੋ ਗੀਤ ਵੀ ਲੈਂਦੇ ਉਤੋਂ ਉਤੋਂ ਕੋ ਲਿਖਤੀ ਲਿਆ ਕਰੋ ਮੈਂ ਬਸ ਇੰਨਾ ਕਹਿਣਾ ਚਾਹੁੰਦਾ ਜੀ ਕਿਤੇ ਨਾ ਕਿਤੇ ਮਤਲਬ ਸ਼ੰਕਾ ਹੈਗੀ ਆ ਕਿ ਜਿਹੜੇ ਜ਼ਬਾਨੀ ਬੋਲਨੇ ਉਹ ਕਿਤੇ ਨਾ ਕਿਤੇ ਬਹੁਤ 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 ਹੀ ਜ਼ਿਆਦਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪਿੱਛੇ ਜੇ ਮੇਰੇ ਫਾਦਰ ਸਾਹਿਬ ਦਾ ਜਿਹੜਾ ਗਾਣੀ ਗਾਣਾ ਜਿਹੜਾ Song ਚੋਰੀ ਹੋਇਆ ਸੀ ਉਹ ਪਹਿਲਾਂ 1994 ਦੇ ਵਿੱਚ ਰਿਕਾਰਡ ਹੋਇਆ ਸੀ ਤੇ ਬਾਕੀ ਗੱਲ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਤੇ ਇਹ ਫੇਰ આજ ਤੋਂ ਕੋਈ 9 ਸਾਲ ਪਹਿਲਾਂ ਇਹ ਗਾਣਾ ਰਿਕਾਰਡ ਹੋਇਆ ਸੀ ਤੇ ਕਾਫੀ ਹਿੱਟ ਗੀਤ ਮੈਨੂੰ ਅੱਜ ਵੀ ਜਦੋਂ ਮੈਂ ਸੁਣਦਾ ਤੇ ਸੇਮ ਹੀ ਉਦਾਂ ਹੀ ਮੇਰੇ ਫਾਦਰ ਸਾਹਿਬ ਦੀਆਂ ਲਿਰਿਕਸ ਜਿਹੜੇ 9 ਸਾਲਾਂ ਦੀ ਪਹਿਲਾਂ ਦੀ ਗੱਲ ਕਰ ਰਹੇ ਉਦੋਂ ਤੱਕ ਕੋਈ ਇੱਕ ਸਿੰਗਰ ਹਿੱਟ ਸੀਗੀ ਮਿਸ ਪੂਜਾ ਕਿਤੇ ਇਸ਼ਾਰਾ ਉਹਨਾਂ ਵੱਲ ਤਾਂ ਨਹੀਂ ਹੈਗਾ ਤੁਹਾਡਾ ਮਿਸ ਪੂਜਾ ਵੱਲ ਤਾਂ ਨਹੀਂ ਜਾ ਰਿਹਾ ਨਹੀਂ ਵੇਖੋ ਜੀ ਅੱਜ ਮੈਂ ਅਜੇ ਇਸ ਬਾਰੇ ਕੋਈ ਕਹਿਣਾ ਨਹੀਂ ਚਾਹੁੰਦਾ ਬਾਕੀ ਮੈਂ ਇਸ ਚੀਜ਼ ਦਾ ਵੀ ਖੁਲਾਸਾ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤੇ ਬਾਕੀ ਇਸ ਗੱਲ ਦਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਹਾਡਾ ਸੌਂਗ ਚੋਰੀਆ ਬਾਕੀ ਜਿਹੜਾ ਖੁਲਾਸਾ ਹੋ ਬਾਅਦ ਵਿੱਚ ਆਪਾਂ ਸਾਰਾ ਸਬੂਤਾਂ ਦੇ ਆਧਾਰ ਤੇ ਫਿਰ ਪੇਸ਼ ਕਰਾਂਗੇ ਜੀ ਕੋਣ ਜਿਹੜਾ ਹੈ ਉਹਦੇ ਵਿੱਚ ਕਿਹੜਾ ਜਿਹੜਾ ਤੁਹਾਡਾ ਗਾਣਾ ਲਾਂਚ ਹੋ ਰਿਹਾ ਹੈ ਨਵਾਂ ਆ ਰਿਹਾ ਉਹਦੇ ਵਿੱਚ ਕੀ ਕੀ ਕ੍ਰੈਡਿਟ ਹੈਗੇ ਕਿਹਨੇ ਕਿਹਨੇ ਕੀ ਵਰਕ ਕੀਤਾ ਉਹਦੇ ਵਿੱਚ ਉਹ ਦੱਸ ਦਿਓ ਥੋੜਾ ਉਹਦੇ ਵਿੱਚ ਆਪਣਾ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਕੇਐਚਪੀ ਵਿਕਰਮ ਗਿੱਲ ਭਾਈ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦਾ ਜੋ ਕਿ ਮੈਨੂੰ ਪ੍ਰਮੋਟ ਕਰ ਰਿਹਾ ਜਾਂ ਜਿੱਦਾਂ ਵੀ ਤੇ ਬਾਕੀ ਹੋਰ ਵੀ ਜਿਹੜੇ ਕਲਾਕਾਰ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਆਪਣਾ 뮤ਜ਼ਿਕ ਡਾਇਰੈਕਟਰ ਕੈਂਡੀ ਬੀਟਸ ਕਾਫੀ ਵਧੀਆ ਉਹਨਾਂ ਨੇ 뮤ਜ਼ਿਕ ਦਿੱਤਾ ਤੇ ਵੀਡੀਓ ਡਾਇਰੈਕਟਰ ਆਪਣਾ ਵੀਡੀਓ ਡਾਇਰੈਕਟਰ ਆਪਣੇ ਬਰਤ ਜੋਸ਼ੀ ਜੀ ਕਾਫੀ ਸਹਿਯੋਗ ਉਹਨਾਂ ਨਾਲ ਮਿਲਿਆ ਤੇ ਬਾਕੀ ਆਪਣਾ ਮੰਡੀ ਜੱਟ ਪ੍ਰੋਜੈਕਟ ਉਹਨਾਂ ਦਾ ਜੀ ਤੇ ਬਾਕੀ ਆਪਣੇ ਕੇਐਚਪੀ ਗਿੱਲ ਭਾਈਦਵਾ ਫੇਰ ਕਹਿਣਾ ਚਾਹੁੰਦਾ ਕਿ ਕਾਫੀ ਜੀ ਹਾਂਜੀ ਥੈਂਕ ਯੂ ਅ ਦਸ਼ਕਾਂ ਨੂੰ ਅਪੀਲ ਕਰਨੀ ਚਾਹੋਗੇ ਸਾਡੇ ਲਈ ਕਿ ਆਪਣੇ ਸਾਡੇ ਚੈਨਲ ਦੇ ਮਾਧਮੇ ਕੇ ਸਾਡੇ ਚੈਨਲ ਨੂੰ ਜਿਹੜਾ ਤੁਹਾਡਾ ਗਾਣਾ ਆ ਰਿਹਾ ਉਹ ਜਰੂਰ ਦੇਖਣ ਕਿਸ ਤਿੱਕੇ ਨਾਲ ਅਪੀਲ ਕਰ ਦਿਓ ਤੁਸੀਂ ਥੋੜੀ ਵੇਖੋ ਜੀ ਸਰੋਤਾਂ ਇਹ ਕਾਫੀ ਆਪ ਹੀ ਬਹੁਤ ਸਿਆਣੇ ਮੈਂ ਤਾਂ ਸਿਰਫ ਇਹੋ ਕਹਿਣਾ ਚਾਹੁੰਦਾ ਕਿ ਵਧੀਆ ਸੁਣੋ ਚਲੋ ਸੁਣੋ ਸਾਰੇ ਕਹੇ ਹਰ ਕਹੇ ਨੂੰ ਪਰ ਕਿਹੇ ਵੀ ਗਾਣੇ ਦੀ ਟਿੱਪਣੀ ਨੂੰ ਟਿੱਪਣੀ ਨੂੰ ਲੈ ਕੇ ਆਪਣੇ ਤੇ ਯੂਜ਼ ਨਾ ਕਰੋ ਮੈਂ ਸਿਰਫ ਇਹੋ ਕਹਿਣਾ ਚਾਹੁੰਦਾ ਰੱਬ ਨੂੰ ਮੰਨੋ ਤੇ ਸਾਰਿਆਂ ਦਾ ਸਤਿਕਾਰ ਕਰੋ ਸੋ ਬਸ ਬਹੁਤ ਬਹੁਤ ਧੰਵਾਦ ਜੀ ਤੁਹਾਡੇ ਸਾਡੇ ਸਟੂਡੀਓ ਦੇ ਵਿੱਚ ਆਉਣ ਦੀ ਤੇ ਸਾਡੀਆਂ ਦਿਲੀ ਇਸ਼ਾਵਾਂ ਨੇ ਕਿ ਤੁਹਾਡਾ ਜਿਹੜਾ ਗਾਣਾ ਹੈ ਉਹ ਸੁਪਰ ਡਿਪਰ ਹਿੱਟ ਜਾਵੇ ਤੇ ਲੋਕਾਂ ਨੂੰ ਪਸੰਦ ਆਵੇ ਜੇ ਚੰਗਾ ਲਿਖਦੇ ਹੋ ਤਾਂ ਚੰਗਾ ਸੁਨਣਾ ਵੀ ਸਰੋਤਿਆਂ ਦਾ ਫਰਜ਼ ਹੈ ਕਮ ਸੇ ਕਮ ਇੱਕ ਵਾਰੀ ਸੁਣ ਕੇ ਉੱਤੇ ਕਮੈਂਟ ਜਰੂਰ ਕਰੋ ਕਿ ਕਿੱਦਾਂ ਲੱਗਾ ਤੁਹਾਨੂੰ ਅਸੀਂ ਵੀ ਕਵਾਂਗੇ ਦਰਸ਼ਕਾਂ ਨੂੰ ਕਿ ਇੱਕ ਵਾਰੀ ਗਾਣਾ ਜਰੂਰ ਸੁਨੋ ਤੇ ਉਹਨੂੰ ਦੇਖੋ ਜੇ ਤੁਹਾਨੂੰ ਚੰਗਾ ਲੱਗਾ ਤੇ ਜਰੂਰ ਕਮੈਂਟ ਕਰੋ ਚੰਗਾ ਜੇ ਤਾਂ ਉਹਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਉਹ ਵੀ ਦੱਸੋ ਕਿ ਸਾਨੂੰ ਇਹ ਕਮੀ ਲੱਗੀ ਹੈ ਕਿ ਇਹਨੂੰ ਅਗਲੀ ਵਾਰ ਸੁਧਾਰੋ ਬਿਲਕੁਲ ਜੀ ਬਿਲਕੁਲ ਉਹਨੂੰ ਡੀਗ੍ਰੇਡ ਕਰਨ ਦੀ ਬਜਾਏ ਉਹਦਾ ਹੌਸਲਾ ਅਫਜ਼ਾਈ ਕਰਕੇ ਵੀ ਜਿਹੜਾ ਹੈ ਉਹ ਕਮੈਂਟ ਕੀਤਾ ਜਾ ਸਕਦਾ ਹੈ ਕਿ ਭਾਈ ਇਹ ਗਾਣਾ ਜਿਹੜਾ ਤੁਸੀਂ ਕੀਤਾ ਇਹਦੇ ਵਿੱਚ ਇੰਨਾ ਪਾਰਟ ਸਹੀ ਹੈ ਤੇ ਇੰਨਾ ਗਲਤ ਹੈ ਇਹਨੂੰ ਤੁਸੀਂ ਅਗਲੀ ਵਾਰ ਜ਼ਰੂਰ ਸੁਧਾਰ ਕਰ ਲਿਓ ਹਾਂ ਬਿਲਕੁਲ 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 ਸਹੀ ਕਿਹਾ ਭਾਈ ਨੇ ਜੇ ਤੁਸੀਂ ਸਾਨੂੰ ਦੱਸੋਗੇ ਤਾਂ ਆਪਾਂ ਉਹ ਗਲਤੀਆਂ بار بار रिपीट ਨਹੀਂ ਕਰਾਂਗੇ ਆਪਾਂ ਉਸ ਤੋਂ ਵਧੀਆ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੋ ਅਸੀਂ ਅਗਲੀ ਵਾਰ ਨੂੰ ਫਿਰ ਨਵੇਂ ਕਿਸੇ ਕਲਾਕਾਰ ਦੇ ਨਾਲ ਤੁਹਾਨੂੰ ਰੂਪ ਰੂਪ ਜੂ ਕਰਾਵਾਂਗੇ ਫਿਲਹਾਲ ਸਾਡੇ ਨਾਲ ਸਨੀ ਉਰਦਨ ਜੀ ਮੌਜੂਦ ਸੀਗੇ ਤੇ ਉਹਨਾਂ ਤੋਂ ਇਜਾਜ਼ਤ ਲੈਣੇ ਆ ਧੰਨਵਾਦ ਜੀ ਥੈਂਕ ਯੂ